ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਮੇਰੀ ਸਾਰੀ YouTube ਫੈਮਿਲੀ ਉਮੀਦ ਕਰਦੀ ਹੈ ਕਿ ਫਰੈਂਡ ਤੁਸੀਂ ਸਾਰੇ ਠੀਕ ਹੋਵੋਗੇ ਤੇ ਫਰੈਂਡ ਅੱਜ ਹੈਗਾ ਵਿਸ਼ਕਰਮਾ ਦੇ ਤੇ ਮੇਰੇ ਵੱਲੋਂ ਸਾਰਿਆਂ ਨੂੰ ਵਿਸ਼ਕਰਮਾ ਦੇ ਦੀ ਬਹੁਤ ਬਹੁਤ ਵਧਾਈਆਂ ਹੋਵੇ ਜੀ ਇੱਥੇ ਦੇਖੋ ਰਮਨੀਤ ਦੇ ਡਾੜੀ ਲੱਗ ਗਏ ਨੇ ਸਵੇਰੇ ਸਵੇਰੇ ਆਪਣੇ ਜਿਹੜੇ ਵੀ ਸੰਦ ਨੇ ਹੈ ਨਾ ਜਿਨ੍ਹਾਂ ਨਾਲ ਆਪਾਂ ਨੂੰ ਕਮਾਈ ਹੁੰਦੀ ਹੈ ਰਿਜਕ ਮਿਲਦਾ ਆਪਾਂ ਨੂੰ ਉਹ ਸਾਰੇ ਸੰਦ ਉਹ ਧੋਣ ਲੱਗੇ ਸੀਗੇ ਤਵੇਰੇ ਉੱਠਦੇ ਸਾਰ ਵੇਸ ਇਹਨਾਂ ਦੀ ਨਾ ਛੇਤੀ ਅੱਖ ਖੁੱਲ ਜਾਂਦੀ ਹੁੰਦੀ ਹੈ ਅੱਜ ਦੇ ਦਿਨ ਇਹ ਉੱਠਦੇ ਸਾਰ ਦੇਖੋ ਇਹਨਾਂ ਨੇ ਗਰਮ ਪਾਣੀ ਕਰਕੇ ਸਾਰਫਨ ਨਾਲ ਆਪਣੇ ਜਿੰਨੇ ਵੀ ਸਾਰੇ ਸੰਦ ਨੇ ਇਹਨਾਂ ਨੇ ਧੋਣੇ ਸ਼ੁਰੂ ਕਰਤੇ ਨੇ ਇਹਨਾਂ ਨੇ ਤਾਂ ਮੈਨੂੰ ਦੇਖੋ ਬਾਅਦ ਚ ਠਾਇਆ ਕਹਿੰਦੇ ਮੇਰੀ ਥੋੜੀ ਜਿਹੀ ਹੈਲਪ ਕਰ ਦੇ ਫਿਰ ਮੈਂ ਫਟਾਫਟ ਉੱਠੀ ਮੈਂ ਕਿ ਹਾਂ ਅੱਜ ਵਿੱਚ ਵਿਸ਼ਕਰਮਾ ਡੇ ਆ ਤੇ ਸਾਰਾ ਸਮਾਨ ਆਪਾਂ ਨੇ ਧੋਣਾ ਹੈ ਨਾ ਉਹ ਹੀ ਫਿਰ ਮੈਂ ਫਟਾਫਟ ਉੱਠ ਗੜੀ ਨਹੀਂ ਤਾਂ ਮੇਰੀ ਨੱਖ ਨਾ ਖੁੱਲਦੀ ਨਹੀਂ ਹੁੰਦੀ ਹੈਗੀ ਛੇਛੇਤੀ ਮੈਨੂੰ ਯਾਨ ਕਿ ਸਵੇਰੇ ਉੱਠਦੇ ਸਮੇਂ ਮੈਨੂੰ ਟੈਨਸ਼ਨ ਜੀ ਨਹੀਂ ਹੁੰਦੀ ਮੇਰੇ ਦਿਮਾਗ ਤੇ ਸਵੇਰ ਸਵੇਰੇ ਯਾਨ ਕਿ ਵੀ ਮੈਨੂੰ ਸਵੇਰੇ ਉੱਠ ਕੇ ਕੀ ਕਰਨਾ ਮੈਂ ਸਾਰਾ ਕੁਝ ਭੁੱਲ ਜੰਨੀ ਹੁੰਨੀ ਆ ਤੇ ਫਿਰ ਮੈਨੂੰ ਬਸ ਐ ਹੀ ਹੁੰਦਾ ਵੀ ਜਦੋਂ ਬੱਚਿਆਂ ਨੇ ਸਕੂਲ ਭੇਜਣਾ ਉਹਦੀ ਮੈਂ ਅੱਖ ਖੁੱਲਦੀ ਹੁੰਦੀ ਹੈ ਮੇਰੀ ਹਾਂ ਵੀ ਹੁਣ ਬੱਚਿਆਂ ਦਾ ਟਾਈਮ ਹੋ ਰਿਹਾ ਇਸ ਕਰਕੇ ਤੇ ਫਿਰ ਮਨੀਤ ਦੇ ਡੈਡੀ ਨੇ ਦੇਖ ਜਿੰਨਾ ਵੀ ਜਿੰਨਾ ਦਾ ਵੀ ਯਾਨਕੀ ਮਸ਼ੀਨਰੀ ਦਾ ਕੋਈ ਵੀ ਕੰਮ ਹੈ ਹੈਨਾ ਲੋਹੇ ਨਾਲ ਕੋਈ ਵੀ ਕੰਮ ਹੈਗਾ ਉਹ ਸਾਰੇ ਇਹ ਤਿਹਾਰ ਮਨਾਉਂਦੇ ਨੇ ਜਾਤਰ ਤਾਂ ਸਾਰੇ ਮਨਾਉਂਦੇ ਨੇ ਪਰ ਜਿੰਨਾ ਦਾ ਮਸ਼ੀਨਰੀ ਦਾ ਹੋ ਗਿਆ ਲੋਹੇ ਨਾਲ ਹੈਨਾ ਕੋਈ ਕੰਮ ਕਰਦੇ ਨੇ ਉਹ ਇਸ ਤਿਹਾਰ ਨੂੰ ਬਹੁਤ ਜ਼ਿਆਦਾ ਉਹਦੇ ਨਾਲ ਮਨਾਉਂਦੇ ਨੇ ਹੈਨਾ ਤੂੰ ਤਮ ਜੇ ਨਾਲ ਮਨਾਉਂਦੇ ਨੇ ਤੇ ਐਵੇਂ ਆਪਣਾ ਵੀ ਦੇਖੋ ਇਹ ਕੰਮ ਹੈ ਗਿਆ ਤੇ ਰਮਨੀਤ ਤੇ ਡੈਡੀ ਨੇ ਮਸ਼ੀਨ ਜਿਹੜੀ ਆਪਣੇ ਲੋਹਾ ਸੋਰੀ ਸਰੀਆ ਬੰਡਣ ਵਾਲੀ ਹੁੰਦੀ ਹੈ ਤੇ ਸਰੀਆ ਮੋੜਨ ਵਾਲੀ ਸਾਰੇ ਯਾਨਕੀ ਧੋਕੇ ਰੱਖਦੇ ਨੇ ਹਨ ਤੁਣ ਤੁਣ ਤੋਂ ਬਾਅਦ ਫਿਰ ਉਹਨਾਂ ਨੂੰ ਕੱਪੜੇ ਨਾਲ ਸਾਫ਼ ਕਰ ਰਹੇ ਨੇ ਗਰਮ ਪਾਣੀ ਕਰਕੇ ਵਿੱਚ ਸਰਪ ਪਾ ਕੇ ਐਵੇਂ ਧੋਤੇ ਨੇ ਇਹਨਾਂ ਨੇ ਇਹ ਤਾਰ ਵੀ ਦੇਖੋ ਕਾਫੀ ਉਹ ਹੋਈ ਪਈ ਸੀਗੀ ਕਿਉਂਕਿ ਫਿਰ ਦੇਖੋ ਸਾਰੇ ਸਮਾਨ ਨਾਲ ਉੱਥੇ ਮੱਥਾ ਟੇਕਿਆ ਜਾਊਗਾ ਫਿਰ ਇੱਕ ਵੀ ਸਮਾਨ ਯਾਨਕੀ ਹੋ ਨਹੀਂ ਹੋਣਾ ਚਾਹੀਦਾ ਹੈਗਾ ਐਨ ਬਿਲਕੁਲ ਮਨੋਂ ਐਨ ਪੂਰਾ ਮਨੋਂ ਨਾਲ ਕਰਦੇ ਹੁੰਦੇ ਨੇ ਰਮਣੀਤ ਦੇ ਡੈੜੀ ਜਦ ਵੀ ਯਾਨਕਿ ਕੋਈ ਵੀ ਉਹ ਕਰਦੇ ਨੇ ਹੈਨਾ ਅੱਜ ਦਾ ਦਿਨ ਤਾਂ ਬਹੁਤ ਜ਼ਿਆਦਾ ਉਹਦੇ ਨਾਲ ਕਰਦੇ ਨੇ ਕਿਉਂਕਿ ਏਸੀ ਨਾਲ ਦੇਖੋ ਆਪਣਾ ਆਪਾਂ ਇੱਥੇ ਤੱਕ ਆਏ ਆ ਹੈਨਾ ਤੇ ਉਸ ਤੋਂ ਬਾਅਦ ਦੇਖੋ ਰਮਣੀਤ ਦੇ ਡੈੜੀ ਅੰਦਰ ਕਰ ਰਹੇ ਸੀਗੇ ਮੈਂ ਉਧਰਲੀ ਸਾਈਡ ਝਾੜੂ ਲਗਾਤਾ ਸੀਗਾ ਆਪਣੇ ਜਿਹੜਾ ਉਧਰਲਾ ਗੇਟ ਹੈ ਉਧਰ ਲਗਾਉਣ ਤੋਂ ਲੱਗੀ ਸੀਗੀ ਮੈਂ ਇਧਰ ਵੀ ਹੈਨਾ ਪਰ ਇਹ ਕਹਿੰਦੇ ਕਹਿੰਦੇ ਨਹੀਂ ਕਹਿੰਦੇ ਤੇਰੇ ਹੱਥ ਦੁਖਣ ਲੱਗ ਜਾਣਗੇ ਝਾੜੂ ਕਹਿੰਦਾ ਮੈਨੂੰ ਫੜਾ ਫਿਰ ਇਹਨਾਂ ਨੇ ਝਾੜੂ ਮੇਰੇ ਤੋਂ ਫੜ ਲਿਆ ਮੈਂ ਕਿਹਾ ਨਹੀਂ ਮੈਂ ਲਾ ਦਨੀ ਆ ਝਾੜੂ ਇਸ ਕਰਕੇ ਮੈਂ ਆਪਣੀ ਵੀਡੀਓ ਵੀ ਸ਼ੂਟ ਨਹੀਂ ਕੀਤੀ ਸੀਗੀ ਮਹਾ ਚਲੋ ਮੈਂ ਥੋੜੀ ਜਿਹੀ ਉਧਰ ਗਲੀ ਵਾਲੀ ਸ਼ੂਟ ਕਰ ਲਵਾਂਗੀ ਹੈਨਾ ਪਰ ਨਹੀਂ ਇਹਨਾਂ ਨੇ ਕਹਿੰਦੇ ਨਹੀਂ ਮੈਨੇ ਲਗਾਉਣਾ ਮੈਂ ਕਹਾਂ ਚਲ ਠੀਕ ਹੈ ਤੁਸੀਂ ਲਗਾ ਲਓ ਹਨਾ ਕਹਿੰਦੇ ਤੂੰ ਟੈਂਬਾ ਵਾਲਾ ਲਗਾਏਂਗੀ ਨਾਲੇ ਕਹਿੰਦੇ ਤੇਰੇ ਵੀ ਹੱਥ ਦੁਖਣ ਲੱਗ ਜਾਣਗੇ ਕਿਉਂਕਿ ਦੇਖੋ ਸੜਕ ਸਾਈਡ ਹੋ ਗਿਆ ਇਧਰ ਵੀ ਯਾਨਕਿ ਕਾਫੀ ਉਹ ਹੋ ਗਿਆ ਸੀਗਾ ਵੱਡਾ ਸੀਗਾ ਕਾਫੀ ਦੂਰ ਤੱਕ ਇਹਨਾਂ ਕੇ ਆਪਣਾ ਕੂੜਾ ਵਿਖਿਆ ਹੋਇਆ ਸੀਗਾ ਤੇ ਫਿਰ ਉਹ ਸਾਰਾ ਕੂੜਾ ਇਕੱਠਾ ਕਰਕੇ ਅੰਦਰ ਲਿਆ ਕੇ ਆਪਾਂ ਨੇ ਇੱਥੇ ਜੋਤ ਲਗਾਤੀ ਸੀਗੀ ਹਨਾ ਦੀਵਾ ਲਗਾਤਾ ਸੀਗਾ ਦੀਵਾ ਲਗਾਇਆ ਸੀ ਆਪਾਂ ਨੇ ਕਿਉਂਕਿ ਐ ਹੁੰਦਾ ਨਾ ਦੇਖੋ ਅੱਜ ਦੇ ਦਿਨ ਜਿੰਨਾ ਵੀ ਕੂੜਾ ਹੁੰਦਾ ਘਰ ਦਾ ਹੈਨਾ ਵੀ ਐ ਹੁੰਦਾ ਵੀ ਲక్ష్ਮੀ ਮਾਤਾ ਚਲੋ ਆਪਣੇ ਚਰਨ ਪਾ ਕੇ ਗਏ ਹੋਣੇ ਹੈਨਾ ਵੀ ਉਹ ਉਹਦਾ ਯਾਨੀ ਕਿ ਆਪਾਂ ਉਹ ਕਰਦੇ ਆ ਹੈਨਾ ਉਹਦਾ ਦੀਵਾ ਲਗਾਨੇ ਹੁੰਦੇ ਆ ਇੱਥੇ ਤੇ ਅੱਜ ਦੇ ਦਿਨ ਆਪਾਂ ਨੇ ਕੂੜਾ ਵੀ ਨਹੀਂ ਗੇਰਿਆ ਹੈਗਾ। ਕੂੜੇ ਵਾਲੇ ਆਏ ਸੀਗੇ ਪਰ ਆਪਾਂ ਨੇ ਗੇਰਿਆ ਨਹੀਂ ਹੈਗਾ। ਅਸੀਂ ਕਹਿੰਦੇ ਨਹੀਂ ਵੀ ਅਸੀਂ ਇਹ ਕੂੜਾ ਨਹੀਂ ਗੇਰਨਾ। ਅੱਜ ਦੇ ਦਿਨ ਵੀ ਅਸੀਂ ਕੱਲੂ ਗੇਰਾਂਗੇ ਕਿਉਂਕਿ ਸਹ ਥੋੜੀ ਜਿਹੀ ਕ ਐ ਹੁੰਦੀ ਵੀ ਨਹੀਂ। ਥੋੜਾ ਕਿ ਜੀ ਮਰਜ਼ੀ ਲਾਲੂ ਆ ਕੇ ਆਪਣੇ ਮਨ ਦੀ ਉਹ ਹੁੰਦੀਆਂ ਨੇ। ਇਸ ਕਰਕੇ ਫਿਰ ਅਸੀਂ ਨੇ ਅੱਜ ਦੇ ਦਿਨ ਕੂੜਾ ਨਹੀਂ ਗੇਰੇ ਤੇ ਨਾ ਹੀ ਮੈਂ ਨੇ ਅੱਜ ਪੋਚਾ ਲਗਾਇਆ ਸੀਗਾ। ਬਸ ਐ ਹੁੰਦਾ ਵੀ ਨਾ ਜਿਵੇਂ ਆਪਣਾ ਪਿਆ ਸਾਮਾਨ ਹੋਵੇ ਪਿਆ ਰਹਿਣ ਦੋ ਹੈਨਾ ਵੀ ਸ਼ਾਇਦ ਮਾਤਾ ਲక్ష్ਮੀ ਜੀ ਆਏ ਹੋਣੇ। ਐ ਹੁੰਦਾ ਹਨ ਤੇ ਇਸ ਕਰਕੇ ਤੇ ਚਲੋ ਜੇ ਇੱਥੇ ਆਪਾਂ ਨੇ ਦੀਵਾ ਲਗਾਤਾ ਸੀਗਾ ਤੇ ਮਿੱਠਾ ਵੀ ਰੱਖਤਾ ਸੀਗਾ ਬਾਅਦ ਦੇ ਵਿੱਚ ਆਪਾਂ ਨੇ ਨਾ ਨੂਕੇ ਫਿਰ ਜੋਤ ਵਤੀ ਕਰਨ ਲੱਗੇ ਸੀਗੇ ਮੈਂ ਹਲੇ ਨਾ ਹੋਈ ਨਹੀਂ ਸੀਗੀ ਪਹਿਲਾਂ ਰਮਣੀਤੇ ਦੇ ਡੈਡੀ ਨਾਲੇ ਸੀਗੇ ਫਿਰ ਕਿਉਂਕਿ ਫਿਰ ਇਨ੍ਹਾਂ ਨੂੰ ਥੋੜੀ ਜਿਹੀ ਕਾਲੀ ਜ਼ਿਆਦਾ ਹੁੰਦੀ ਹੈ ਇਹ ਥੋੜਾ ਜਿਹਾ ਆਪਣੇ ਟਾਈਮ ਦੇ ਉਹ ਹੁੰਦੇ ਨੇ ਮੱਥਾ-ਮੁੱਥਾ ਟੇਖਣ ਚਾ ਤਾਂ ਬਹੁਤ ਜ਼ਿਆਦਾ ਇਨ੍ਹਾਂ ਨੂੰ ਐ ਹੁੰਦਾ ਬਹੁਤ ਜ਼ਿਆਦਾ ਇਨ੍ਹਾਂ ਨੂੰ ਕਾਲੀ ਹੁੰਦੀ ਹੈ ਵੀ ਨਾ ਬਸ ਫਟਾਫਟ ਮੱਥਾ ਟੇਕੀਏ ਹੈ ਨਾ ਆਂ ਕਿ ਲੇਟ ਨਾ ਹੋਵੇ ਦੇਰੀ ਨਾ ਹੋਵੇ ਐ ਹੁੰਦਾ ਇਹਨਾਂ ਨੂੰ ਤੇ ਇੱਥੇ ਵੈਸੇ ਇਹ ਲਗਾ ਰਹੇ ਸੀਗੇ ਜੋਤ ਮੈਂ ਕਹਿ ਰਹੀ ਸੀ ਕਿ ਵੀ ਮੈਨੇ ਵੀ ਮੱਥਾ ਟੇਕਣਾ ਕਹਿੰਦੇ ਨਹੀਂ ਕਹਿੰਦਾ ਤੂੰ ਹਲੇ ਨਹਾਈ ਨਹੀਂ ਹੈਗੀ ਵੀ ਆਪਣਾ ਯਾਨਕਿ ਟਾਈਮ ਨਾਲ ਤੈਨੇ ਉੱਠਣਾ ਸੀਗਾ ਤੇ ਟਾਈਮ ਨਾਲ ਹੀ ਫਿਰ ਤੈਨੇ ਮੱਥਾ ਟੇਕਣਾ ਸੀਗਾ ਹੈਨਾ ਮੈਂ ਕਿਹਾ ਚੱਲ ਠੀਕ ਹੈ ਤੁਸੀਂ ਇਕੱਲੇ ਟੇਕ ਲਓ ਮੈਂ ਕਿਹਾ ਮੈਂ ਫਿਰ ਬਾਅਦ ਚ ਮੈਂ ਟੇਕ ਲੰਨੀ ਹੈ ਹੈਨਾ ਕਿਉਂਕਿ ਮੇਰਾ ਪਾਣੀ ਹਲੇ ਗਰਮ ਹੋਣਾ ਸੀਗਾ ਕਿਉਂਕਿ ਰਾੜ ਲਗਾਈ ਹੋਈ ਸੀਗੀ ਫਿਰ ਉਹਦੇ ਚ ਤੁਹਾਨੂੰ ਪਤਾ ਹੀ ਹੈ ਟਾਈਮ ਲੱਗ ਜਾਂਦਾ ਇਸ ਕਰਕੇ ਤੇ ਫਿਰ ਅਮਨੀ ਤੇ ਦੇ ਡੈਡੀ ਨੇ ਦੇਖਾ ਇੱਥੇ ਆਪਣੇ ਦੇਸੀ ਘਿਓ ਦਾ ਜੋਤ ਲਗਾਤੀ ਸੀ ਕਿ ਦੀਵਾ ਲਾਤਾ ਸੀਗਾ ਤੇ ਨਾਲੇ ਆਰਤੀ ਚਲਾ ਲਈ ਸੀਗੀ ਹਨਾ ਇਹ ਫੋਟੋ ਰੱਖ ਕੇ ਬਾਬਾ ਵਿਸ਼ਕਰਮਾ ਜੀ ਦੀ ਤੇ ਉਹਨਾਂ ਦੀ ਰੱਖ ਕੇ ਫੋਟੋ ਤੇ ਨਾਲੇ ਆਰਤੀ ਚਲਾ ਲਈ ਸੀਗੀ ਐਵੇਂ ਪੂਰਾ ਇਹਨ ਪੂਰੀ ਸ਼ਰaddha ਨਾਲ ਮੱਥਾ ਟੇਕਦੇ ਹੁੰਦੇ ਨੇ ਰਮਣੀਥ ਦੇ ਰੈਡੀ ਜਦੋਂ ਵੀ ਟੇਕਦੇ ਨੇ ਅਸੀਂ ਵੀ ਯਾਨੀ ਕਿ ਹੈਨਾ ਮੈਂ ਵੀ ਯਾਨੀ ਕਿ ਐਂਜੀ ਕਰਦੇ ਹੁੰਨੇ ਆ ਕਿਉਂਕਿ ਦੇਖੋ ਸਾਲ ਚ ਤਿਹਾਰ ਆਉਂਦਾ ਏ ਹੈਨਾ ਤੇ ਇਹਦੇ ਨਾਲ ਹੀ ਦੇਖੋ ਆਪਾਂ ਜੋ ਕੁਝ ਵੀ ਹੈਗੇ ਆ ਆਪਾਂ ਐਨਾ ਨਾਲ ਲਿਆ ਹੈਨਾ ਜੇ ਆਪਾਂ ਨੂੰ ਕੰਮ ਮਿਲੂਗਾ ਤਾਂ ਹੀ ਆਪਣੇ ਘਰ ਚ ਦੇਖੋ ਪੈਸੇ ਆਉਂਦੇ ਨੇ ਤਾਂ ਹੀ ਫਿਰ ਆਪਣੇ ਆਪਣੀਆਂ ਜਿਹੜੀ ਜ਼ਰੂਰਤਾਂ ਹੁੰਦੀਆਂ ਨੇ ਉਹ ਤਾਂ ਹੀ ਪੂਰੀ ਹੁੰਦੀਆਂ ਨੇ ਹੈਨਾ ਕੰਮ ਕਰਨ ਨਾਲ ਹੀ ਤੇ ਕੰਮ ਕਰ ਦੇਖੋ ਐਨਾ ਦੀ ਦੇਣ ਹੈਨਾ ਆਪਾਂ ਨੂੰ ਇਹਨਾਂ ਨੇ ਕੰਮ ਦਿੱਤਾ ਹੋਇਆ ਦੇਖੋ ਇਹਨਾਂ ਦੇ ਸਾਰੇ ਫੋਟੋ ਦੇ ਨਾਲ-ਨਾਲ ਉਹ ਥੋੜੀ ਥੋੜਾ ਪੇਚ ਕਸ ਚਾਬੀਆਂ ਜਿੰਨੇ ਵੀ ਸੰਦ ਨੇ ਹਨ ਸਾਰੇ ਇਹਨਾਂ ਦੀ ਫੋਟੋ ਦੇ ਉੱਤੇ ਐਵੇਂ ਛਪੇ ਹੋਏ ਨੇ ਹਨਾ ਉਹ ਲੱਗੇ ਹੋਏ ਨੇ ਸਾਰੇ ਤੇ ਉਹ ਸਾਰੇ ਫਿਰ ਆਪਾਂ ਨੇ ਵੀ ਸਾਰੇ ਧਰਲੇ ਸੀਗੇ ਜਿੰਨਾ ਵੀ ਆਪਣੇ ਘਰ 'ਚ ਸੰਦ ਹੈਗੇ ਸੀਗੇ ਚਾਹੇ ਆਪਾਂ ਉਹਨੂੰ ਵਾਰਤ ਦੇਆ ਚਾਹੀ ਨਵੇਂ ਵਾਰਤ ਦੇ ਹਨਾ ਸਾਰਿਆਂ ਦੀ ਆਪਾਂ ਨੇ ਅੱਜ ਧੂਫਤਤੀ ਕੀਤੀ ਸੀਗੀ ਹਨਾ ਸਾਰਿਆਂ ਦਾ ਮੱਥਾ ਟੇਕਿਆ ਸੀਗਾ ਤੇ ਇੱਥੇ ਬਸ ਯਾਨਕੀ ਰਮਣੀਤ ਦੇ ਆੜੇ ਨੇ মালা ਵੀ ਚੜਾਤੀ ਸੀਗੀ ਫੁੱਲਾਂ ਦੀ ਫਰੈਸ਼ ਫੁੱਲਾਂ ਦੀ মালা ਤੇ ਜਿਹੜੀ ਗੁਲਾਬ ਦੀ ਪੱਤੀਆਂ ਹੁੰਦੀਆਂ ਨੇ ਉਹ ਯਾਨਕੀ ਉਹਨਾਂ ਦਾ ਉਹ ਕਰਦੇ ਸੀਗੇ ਹੈਨਾ ਉਹ ਵੀ ਚੜਾਤੇ ਸੀਗੇ ਤੇ ਪ੍ਰਸ਼ਾਦ ਦੇ ਵਿੱਚ ਹੈਗੇ ਸੀਗਾ ਯਾਨਕੀ ਫਰੂਟ ਹੋ ਗਿਆ ਸੀਗਾ ਸੁੱਕਾ ਮੇਵਾ ਹੋ ਗਿਆ ਸੀਗਾ ਤੇ ਲੱਡੂ ਹੋਗੇ ਸੀਗੇ ਜ਼ਿਆਦਾਤਰ ਤਾਂ ਇਹਨਾਂ ਦਾ ਮਤਲਬ ਕਿ ਇਹੀ ਹੁੰਦਾ ਹੈ ਨਾ ਲੱਡੂ ਹੋ ਗਿਆ ਜਾਂ ਬਦਾਣਾ ਜਾਂ ਫਿਰ ਇੱਕ ਕੜੀ ਚੋਲ ਹੁੰਦੇ ਨੇ ਇਹਨਾਂ ਦੇ ਅੱਜ ਯਾਨੀ ਕਿ ਮੈਂ ਵੀ ਸੋਚਦੀ ਸੀ ਕਿ ਕੜੀ ਚੋਲ ਬਣਾਵਾਂ ਪਰ ਮੈਂ ਬਣਾਈ ਨਹੀਂ ਹੈਗੇ ਚਲੋ ਉਧਰ ਮੰਮੀ ਬਣਾ ਰੇ ਸੀਗੇ ਪਰ ਮੈਂ ਕਿਹਾ ਚਲੋ ਠੀਕ ਹੈ ਉਧਰ ਮੰਮੀ ਨੇ ਬਣਾ ਰੇ ਨਹੀਂ ਮੈਂ ਦੁਪਹਿਰੇ ਬਣਾਉਣੇ ਸੀਗੇ ਕੜੀ ਚੋਲ ਹੈ ਨਾ ਫਿਰ ਇਸ ਕਰਕੇ ਫਿਰ ਮੈਂ ਨਹੀਂ ਬਣਾਏ ਹੈਗੇ ਪਰ ਉਧਰੋਂ ਮੰਮੀ ਨੇ ਚਲੋ ਸਾਨੂੰ ਭੇਜਦੇ ਸੀਗੇ ਅਸੀਂ ਇੱਕ ਘਰੀ ਬਣਾਉਂਦੇ ਹੁੰਦੇ ਸੀ ਕੋਈ ਵੀ ਚੀਜ਼ ਬਣਾਨੀ ਕੜੀ ਚੋਲ ਜਾਂ ਇੱਧਰ ਜਾਂ ਉੱਧਰ ਹੈਨਾ ਫਿਰ ਇਹ ਚਲੋ ਇੱਧਰੋਂ ਫਿਰ ਅਸੀਂ ਉਹ ਕਰ ਲੈਣੇ ਹੁੰਦੇ ਆ ਦੇ ਦੇਣੇ ਹੁੰਦੇ ਹੈਨਾ ਐਵੇਂ ਆ ਜਾਂਦੇ ਹੁੰਦੇ ਨੇ ਆਪਣੇ ਘਰੇ ਐਵੇਂ ਤੇ ਇੱਥੇ ਹੁਣ ਮੈਂ ਵੀ ਹੁਣ ਆ ਕੇ ਆ ਗਈ ਸੀਗੀ ਰਮਨੀਤ ਤੇ ਡੈਡੀ ਨੇ ਖਾਣੇ ਸੀਗੇ ਮੂਲੀਆ ਦੇ ਪਰੌਂਠੇ ਫਿਰ ਉਹ ਮੂਲੀਆ ਲੈਣ ਗਏ ਸੀਗੇ ਹੁਣ ਤੇ ਬੱਸ ਫਿਰ ਮੈਂ ਆਪਣੀ ਹੁਣ ਆਪਣਾ ਧੂਫ ਲਗਾਉਣ ਲੱਗੀ ਸੀਗੀ ਹੈਨਾ ਮੈਂ ਮੱਥਾ ਟੇਕਣ ਲੱਗੀ ਸੀਗੀ ਬੱਚਿਆਂ ਨੂੰ ਫਿਰ ਮੈਂ ਹਲੇ ਜਗਾਇਆ ਨਹੀਂ ਹੈਗਾ ਕਿਉਂਕਿ ਨਾ ਸ਼ਾਨੂੰ ਤੁਹਾਨੂੰ ਪਤਾ ਹੀ ਹੈ ਫਿਰ ਬਹੁਤ ਜ਼ਿਆਦਾ ਹੋਇਆ ਜਿੱਦੀ ਜਾਵੀ ਹੈ ਸ਼ਰਾਰਤੀ ਜਾਵੀ ਹੈ ਹੈਨਾ ਕੁਛ ਥੋੜਾ ਜਿਹਾ ਛੋਟਾ ਹੋਣ ਕਰਕੇ ਲਾਡਲਾ ਵੀ ਹੈ ਇਸ ਕਰਕੇ ਵੀ ਰਮਣੀਤ ਕੋ ਛੋਟਾ ਨਾ ਕਈ ਵਾਰੀ ਨਾ ਉਹਦੇ ਬੰਦਲੇ ਦੀ ਛਿੜਕਾ ਵੀ ਇਨਕੀ ਰਮਣੀਤ ਨੂੰ ਪੈ ਜਾਂਦੀ ਹੁੰਦੀਆਂ ਨੇ ਇਸ ਕਰਕੇ ਤੇ ਚਲੋ ਜੀ ਇੱਥੇ ਜੋਤਵਤੀ ਤਾਂ ਦੇਖੋ ਰਮਣੀਤ ਨੇ ਲਾਤੀ ਸੀਗੀ ਤੇ ਫਿਰ ਮੈਂ ਵੀ ਹੁਣ ਅਲੱਗ ਤੋਂ ਇਨਕੀ ਧੂਫ ਲਗਾਉਣ ਲੱਗੀ ਸੀਗੀ ਮੈਂ ਵੀ ਇਨਕੀ ਆਪਣਾ ਮੱਥਾ ਟੇਕ ਰਹੀ ਸੀਗੀ ਆਪਣਾ ਮਸ਼ੀਨਾਂ ਨੇ ਹੈਨਾ ਆਪਾਂ ਉਹਨਾਂ ਨੂੰ ਧੂਫ ਯਾਨਕੀ ਦਵਾਂਗੇ ਧੂਫਲਾਵਾਂਗੇ ਉਹਨਾਂ ਨੂੰ ਮੈਂ ਸਾਫ਼ ਕਰਤਾ ਸੀਗਾ ਬਸ ਤਾਂ ਯਾਨਕੀ ਇੱਥੇ ਸੋਚ ਰਹੀ ਸੀਗੀ ਪਹਿਲਾਂ ਵੀ ਮੈਂ ਮਸ਼ੀਨ ਇੱਥੇ ਲਿਆਉਣੀ ਆ ਪਰ ਮੈਂ ਇੱਥੇ ਨਹੀਂ ਲੈ ਕੇ ਆਈ ਹੈਗੀ ਮਹਾਂ ਚਲੋ ਕੋਈ ਗੱਲ ਨਹੀਂ ਵੀ ਇੱਕੋ ਹੀ ਗੱਲ ਹੈਨਾ ਆਪਾਂ ਉੱਥੇ ਹੀ ਦੇ ਦੇਵਾਂਗੇ ਆਪਣੇ ਘਰ 'ਚ ਯਾਨਕੀ ਪੂਜਾ ਪਾੜਤਾ ਯਾਨਕੀ ਹੋ ਹੀ ਗਿਆ ਹੈਨਾ ਇੱਕੋ ਹੀ ਗੱਲ ਹੈ ਇਸ ਕਰਕੇ ਤੇ ਚਲੋ ਜੀ ਇੱਥੇ ਬਸ ਮੈਂ ਇਹੀ ਅਰਦਾਸ ਕਰ ਰਹੀ ਸੀ ਕਿ ਕੰਮਕਾਰ ਆਨ ਫੁੱਲ ਦੇਵੇ ਰਮਣੀਤ ਦੇ ਰੈਡੀ ਨੂੰ ਇਹ ਅਮ੍ਰਿਤ ਦੇ ਡੈਡੀ ਨੇ ਵੀ ਮੰਗਿਆ ਸੀ ਮੈਨੇ ਕਾਮ ਬਿਹਾਰ ਅਮ੍ਰਿਤ ਦੇ ਡੈਡੀ ਨੂੰ ਹੀ ਦਵੇ ਬਹੁਤ ਸਾਰਾ ਕੰਮ ਦਵੇ ਇਹ ਹੀ ਅਰਦਾਸ ਕਰਦੀ ਸੀ ਕੰਮ ਕਰ ਚਲੋ ਵਧੀਆ ਚੱਲਦਾ ਰਹੇ ਤੇ ਨਾਲ ਦੇ ਨਾਲ ਨਾਲ ਦੇ ਨਾਲ ਦੀ ਨਾਲ ਆਪਾਂ ਨੇ ਲక్ష్ਮੀ ਮਾਤਾ ਮਾਤਾ ਹੀ ਦੇਵੀ ਹੋ ਕੀਤੀ ਸੀਗੀ ਵੀ ਚਲੋ ਲੱਛਮੀ ਮਾਤਾ ਜੀ ਵੀ ਆਪਣੇ ਕੋਲੇ ਰਹਿਣ ਹੈਨਾ ਐ ਸੀਗਾ ਐ ਚਲੋ ਆਪਾਂ ਉਹ ਕਰ ਰਹੇ ਸੀਗੇ ਤੇ ਇਹ ਸਾਰਾ ਵੀ ਜਿੰਨਾ ਵੀ ਇਹ ਬਾਕੀ ਇਹ ਮੰਦਰ ਜਿਹੜਾ ਆਪਣਾ ਦੇਖੋ ਬਣ ਗਿਆ ਆਪਾਂ ਕੱਲੂ ਇਹਨੂੰ ਵਧਾਵਾ ਨੂੰ ਅੱਜ ਦੇ ਦਿਨ ਤਾ ਬਿਲਕੁਲ ਵੀ ਨਹੀਂ ਆਪਾਂ ਕੋਈ ਵੀ ਛੇੜਖਾਨੀ ਨਹੀਂ ਕਰਾਂਗੇ ਆ ਯਾਨੀ ਕਿ ਸ਼ਾਮ ਨੂੰ ਵੀ ਫਿਰ ਆਪਾਂ ਫਿਰ ਦੀਵਾ ਲਗਾਵਾਂਗੇ ਸਾਰਾ ਦਿਨ ਇਹ ਦੀਵਾ ਚੱਲਦਾ ਰਹੂਗਾ ਆਪਾਂ ਬਾਅਦ 'ਚ ਵੀ ਕਿਉਂ ਇਹ 'ਚ ਪਾ ਦਵਾਂਗੇ ਹਨਾ ਤੇ ਮਾਤਾ ਲక్ష్ਮੀ ਦਾ ਵੀ ਆਪਾਂ ਰਾਤ ਨੂੰ ਫੇਰ ਹੱਟਾਂ ਦੇ ਵੀ ਦੀਵੇ ਰਾਤ ਨੂੰ ਲਗਾਵਾਂਗੇ ਆਪਣੇ ਬਾਹਰ 'ਚ ਵੀ ਜਿਹੜੇ ਗੇਟ ਹੋਣਗੇ ਉਹਨਾਂ 'ਚ ਵੀ ਰਾਤ ਨੂੰ ਲਗਾ ਦੇਵਾਂਗੇ ਤੇ ਮਾਤਾ ਲక్ష్ਮੀ ਮਾਤਾ ਦਾ ਵੀ ਆਪਾਂ ਦੀਵਾ ਰਾਤ ਨੂੰ ਫੇਰ ਤੋਂ ਚਲਾਵਾਂਗੇ ਅੱਜ ਦੇ ਦਿਨ ਇਹਨਾਂ ਪੂਰਾ ਫੇਰ ਆਪਾਂ ਦੁਆਰੇ ਓਮੀ ਕਰਾਂਗੇ ਤੇ ਇੱਥੇ ਵੈਸੇ ਮੈਂ ਆ ਗਈ ਸੀਗੀ ਆਪਣੀ ਮਸ਼ੀਨ ਨੂੰ ਵੀ ਦੇਣ ਸਾਰੀ ਸਾਫ਼ ਕਰਤੀ ਸੀਗੀ ਮੈਂ ਤੇਲ ਪਾਣੀ ਦਿੱਤਾ ਸੀਗਾ ਦੋਨੇ ਮਸ਼ੀਨਾਂ ਨੂੰ ਇੰਟਰਲੋਕ ਵਾਲੀ ਨੂੰ ਵੀ ਔਰ ਇਹਨੂੰ ਬਿਆ ਯਾਨਕੀ ਅਮਰੇਲਾ ਮਸ਼ੀਨ ਨੂੰ ਵੀ ਹੈਨਾ ਸਲਾਈ ਵਾਲੀ ਨੂੰ ਵੀ ਕੈਂਚੀ ਵਗੈਰਾ ਸਾਰੀ ਮੈਂ ਯਾਨਕੀ ਇੱਥੇ ਮੰਦਰ ਚ ਧਰਤੀਆਂ ਸੀਗੀਆਂ ਇੱਥੇ ਆਪਾਂ ਨੇ ਯਾਨਕੀ ਧੂਫ ਜੋਤਪਤੀ ਇੱਥੇ ਕਰਦੇ ਫਿਰ ਅੱਪਾ ਕਰਦੇ ਅੱਜ ਦੀ ਵੀਡੀਓ ਦਾ ਐਂਡ ਕਿਉਂਕਿ ਅੱਗੇ ਵੀਡੀਓ ਫਿਰ ਮੈਂ ਨਹੀਂ ਬਣਾ ਸਕੀ ਹੈਗੀ ਫਿਰ ਮੈਂ ਆਪਣੀ ਭਾਬੀ ਕੋਲੇ ਚਲੀ ਗਈ ਸੀਗੀ ਦੁਪਹਿਰ ਨੂੰ ਤੇ ਰਮਨੀਤ ਦੇ ਡੈਡੀ ਗਏ ਹੋਏ ਸੀਗੇ ਮੰਦਿਰ ਚ ਹੈਨਾ ਵਿਸ਼ਕਰਮਾ ਦੇ ਦੇ ਯਾਨਕੀ ਵਿਸ਼ਕਰਮਾ ਜੀ ਦੇ ਮੰਦਿਰ ਗਏ ਹੋਏ ਸੀਗੇ ਉੱਥੇ ਲੰਗਰ ਪਾਣੀ ਛਕਣ ਗਏ ਹੋਏ ਸੀਗੇ ਤੇ ਨਾਲੇ ਮੱਥਾ ਟੇਕਣ ਗਏ ਹੋਏ ਸੀਗੇ ਹੈਨਾ ਇਸ ਕਰਕੇ ਤੇ ਫਿਰ ਮੈਂ ਅੱਗੇ ਵੀਡੀਓ ਨਹੀਂ ਬਣਾ ਸਕੀ ਹੈਗੀ ਤੇ ਆਪਾਂ ਕਰਦੇ ਅੱਜ ਦੀ ਵੀਡੀਓ ਦਾ ਐਂਡ ਤੇ ਜਿਨ੍ਹਾਂ ਨੇ ਲਾਈਕ ਨਹੀਂ ਕੀਤਾ ਹੈਗਾ फटाफट ਵੀਡੀਓ ਨੂੰ ਲਾਈਕ ਕਰ ਦੋ ਤੇ ਵੀਡੀਓ ਨੂੰ ਪਲੀਜ਼ ਕਮੈਂਟ ਕਰਿਆ ਕਰੋ ਤੇ ਸ਼ੇਅਰ ਜ਼ਰੂਰ ਕਰਿਆ ਕਰੋ